ਅਸੀਂ ਨਾ ਸਿਰਫ 1.5 ਕਿਲੋਮੀਟਰ ਆਉਣਾ ਸੀਗਾ, ਟੈਕਸੀ ਵਾਲੇ ਨੇ ਪਤਾ ਕਿੰਨੇ ਰੁਪਏ ਮੰਗੇ, 30 ਫਰੈਂਕ, 1.5 ਕਿਲੋਮੀਟਰ ਦਾ 3000 ਰੁਪਏ ਮੰਗਿਆ। ਖਾਣ ਪੀਣ ਦਾ ਇੱਥੇ ਵੈਸੇ ਤਾਂ ਚਲੋ ਪੰਜਾਬੀਆਂ ਦੇ ਮੈਸੇਜ ਆ ਗਏ, ਇੰਡੀਅਨ ਰੈਸਟੋਰੈਂਟ ਸਾਨੂੰ ਸੁਜੈਸਟ ਵੀ ਕੀਤੇ ਆ, ਕਈਆਂ ਦੇ ਰੈਸਟੋਰੈਂਟ ਆਪਣੇ ਖੁਦ ਦੇ ਵੀ ਇੱਥੇ ਪਾਏ ਹੋਏ ਜੁਰਗ ਸਿਟੀ 'ਚ। ਵੈਸੇ ਨਾ ਯਾਰ ਇਹਨਾਂ ਦਿਨਾਂ 'ਚ ਤਾਂ ਸ਼ਾਇਦ ਸ਼ਾਮ ਜਲਦੀ ਹੋ ਜਾਂਦੀ ਹੋਵੇ ਇੱਥੇ, ਅਤੇ ਸਮਰ 'ਚ ਤਾਂ ਮੈਂ ਸੁਣਿਆ ਗਰਮੀਆਂ ਦੇ ਮਹੀਨੇ ਕਹਿੰਦੇ ਸੂਰਜ 10-10 ਵਜੇ ਤੱਕ ਨਹੀਂ ਛਿਪਦਾ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ, ਟਰਕੀ ਦੇ ਸ਼ਹਿਰ ਇਸਤਾਨਬੁਲ ਤੋਂ। ਅਤੇ ਸਵੇਰ ਦੇ 11:30 ਵਜੇ ਹੋਏ ਆ, ਅਸੀਂ ਇਸ ਵਕਤ ਇਸਤਾਨਬੁਲ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ, ਅਤੇ ਅੱਜ ਇੱਥੋਂ ਸਾਡੀ ਫਲਾਈਟ ਹੈ ਜੁਰਿਕ ਨੂੰ, ਅਤੇ ਅਸੀਂ ਤੁਹਾਨੂੰ ਘੁਮਾਉਣ ਦੇ ਲਈ ਜਾ ਰਹੇ ਹਾਂ ਦੁਨੀਆ ਦਾ ਸਭ ਤੋਂ ਸੋਹਣਾ ਦੇਸ਼ ਸਵਿਟਜ਼ਰਲੈਂਡ। ਅਤੇ ਆਹ ਕੁਛ ਫੈਮਲੀਜ਼, ਇਹ ਸਾਰੀਆਂ ਯੂਰਪ ਵਾਲੀਆਂ ਰਹਿੰਦੀਆਂ ਸਾਡੇ ਜਹਾਜ਼ 'ਚ, ਸਾਰੇ ਮੋਸਟਲੀ ਯੂਰਪ ਵਾਲੇ ਆਏ ਸੀਗੇ। ਕੋਈ ਨਾਰਵੇ ਬੁਲਾ ਰਿਹਾ, ਕੋਈ ਇਟਲੀ ਬੁਲਾ ਰਿਹਾ, ਕੋਈ ਬੈਲਜੀਅਮ ਬੁਲਾ ਰਿਹਾ, ਇਹ ਬਾਈ ਜੀ ਸਕਾਟਲੈਂਡ ਬੁਲਾ ਰਹੇ ਆ, ਇਹ ਸਕਾਟਲੈਂਡ ਰਹਿੰਦੇ ਆ, ਸਕਾਟਲੈਂਡ ਜਲਦੀ ਆਉਂਗੇ, ਤੁਹਾਡੇ ਕੋਲ ਨਾਰਵੇ ਵੀ ਜਲਦੀ ਆਉਂਗੇ। ਹਾਂਜੀ, ਇਹ ਪੂਰੀ ਦੁਨੀਆ ਦਾ ਮੀਟਿੰਗ ਪੁਆਇੰਟ, ਅਤੇ ਪਹਿਲਾਂ ਵੀ ਇਸ ਏਅਰਪੋਰਟ 'ਤੇ ਆਏ ਸੀ 4-5 ਮਹੀਨੇ ਪਹਿਲਾਂ, ਅਤੇ ਜਿਹੜਾ ਏਸ਼ੀਆ ਅਤੇ ਯੂਰਪ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ, ਤਾਂ ਹੀ ਕਰਕੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਮੋਸਟਲੀ ਯੂਰਪ ਰਹਿਣ ਵਾਲੇ ਸਾਰਿਆਂ ਦੀ ਇੱਥੋਂ ਅਲੱਗ ਅਲੱਗ ਫਲਾਈਟ ਹੈ, ਅਤੇ ਪਿੱਛੋਂ ਅਸੀਂ ਸਾਰੇ ਇਕੱਠੇ ਆਏ ਸੀਗੇ। ਹੁਣ ਅਸੀਂ ਆਪਣਾ ਗੇਟ ਨੰਬਰ ਲੱਭ ਲਈਏ, ਸਾਡੇ ਕੋਲ ਟਾਈਮ ਥੋੜ੍ਹਾ, ਸਿਰਫ 1 ਘੰਟਾ, 1 ਘੰਟੇ 'ਚ ਅਸੀਂ ਆਪਣੀ ਫਲਾਈਟ ਫੜਨੀ ਹੈ। ਇਹ ਇਸਤਾਨਬੁਲ ਟਰਕੀ ਤੁਹਾਨੂੰ ਪਹਿਲਾਂ ਘੁਮਾਇਆ ਹੋਇਆ ਹੈਗਾ। ਟਰਕੀ ਦੇ ਏਅਰਪੋਰਟ 'ਤੇ ਨਾ ਜਦੋਂ ਵੀ ਸਾਡਾ ਸਟੇ ਹੁੰਦਾ ਹੈਗਾ, ਅਤੇ ਬਹੁਤ ਟ੍ਰੈਫਿਕ ਰਹਿੰਦੀ ਹੈ ਇੱਥੇ, ਇੰਨੀਆਂ ਫਲਾਈਟਸ ਨੇ, ਆਹ ਦੇਖ ਲਓ ਸਾਹਮਣੇ ਸਕਰੀਨ ਚੱਲ ਰਹੀ ਹੈ, ਇਹ ਬਾਈ ਜੀ ਸਕਾਟਲੈਂਡ ਵਾਲੇ ਲੱਭ ਮਦਦ ਕਰ ਰਹੇ ਸਾਡੀ, ਇਹਨਾਂ ਦਾ ਲੇਓਵਰ ਅਜੇ ਟਾਈਮ ਹੈ 3 ਘੰਟੇ ਇਹਨਾਂ ਦੀ ਫਲਾਈਟ 'ਚ। ਕੀ ਕਹਿੰਦੇ ਜੀ, ਲੱਭ ਗਈ? ਲੱਭੀ ਨਹੀਂ ਅਜੇ? ਓਹੋ, ਠੀਕ ਠਾਕ? ਸਕਾਟਲੈਂਡ ਜਲਦੀ ਆਵਾਂਗੇ, ਠੀਕ ਹੈ, ਮਿਲਾਂਗੇ, ਥੈਂਕ ਯੂ ਸੋ ਮਚ, ਬਾਏ। ਜਦੋਂ ਅਸੀਂ ਪਿਛਲੇ ਵਾਰ ਆਏ ਸੀ ਉਦੋਂ ਕਾਫੀ ਤਿੱਖੀਆਂ ਧੁੱਪਾਂ ਪੈਂਦੀਆਂ ਸੀਗੀਆਂ, ਪਰ ਹੁਣ ਮੌਸਮ ਬਹੁਤ ਚੇਂਜ ਹੋਇਆ ਹੋਇਆ ਇੱਥੇ, ਕਿਉਂਕਿ ਟਰਕੀ 'ਚ ਵੀ ਵਿੰਟਰ 'ਚ ਬਹੁਤ ਠੰਡ ਪੈਂਦੀ ਹੈਗੀ, ਅਤੇ ਸਾਰਾ ਫੋਗ ਹੀ ਫੋਗ ਹੈ, ਅਤੇ ਬਾਹਰੇ ਕੁਛ ਨਹੀਂ ਦਿਖਦਾ, ਅਤੇ ਟੈਂਪਰੇਚਰ ਹੈਗਾ 6-7 ਡਿਗਰੀ, ਬਾਹਰੇ ਓਬਵੀਅਸਲੀ ਕਾਫੀ ਜ਼ਿਆਦਾ ਠੰਡ ਹੋਊਗੀ। ਇੱਥੇ ਨਾ ਇੱਕ ਪੰਗਾ ਕੀ ਹੈ, ਕਿਸੇ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਹੁੰਦੀ ਟਰਕੀ 'ਚ, ਤਾਂ ਕਰਕੇ ਫਲਾਈਟ ਲੱਭਣੀ ਜਾਂ ਗੇਟ ਨੰਬਰ ਲੱਭਣੇ ਬਹੁਤ ਔਖੇ ਆ। ਜਿਹੜਾ ਸਾਡਾ ਵੀਜ਼ਾ ਨਾ ਉਹ ਸੀਗਾ ਸ਼ਨਗਨ, ਅਤੇ ਸਵਿਟਜ਼ਰਲੈਂਡ ਅਸੀਂ ਤਾਂ ਜਾ ਰਹੇ ਹਾਂ ਕਿਉਂਕਿ ਸਾਡੀ ਐਨਵਰਸਰੀ ਆ ਰਹੀ ਹੈ। ਵੈਸੇ ਕਾਫੀ ਜਾਣਿਆਂ ਦੇ ਹੋਰ ਮੈਸੇਜ ਆ ਰਹੇ ਸੀ, ਜਾਂ ਜਿਵੇਂ ਜਿਹੜੇ ਪਲੇਨ 'ਚ ਮਿਲੇ ਸੀ ਉਹ ਵੀ ਪੁੱਛ ਰਹੇ ਸੀ ਕਿ ਕਿੱਥੇ ਕਿੱਥੇ ਜਾਊਂਗੇ। ਇਸ ਵਾਰ ਸਾਡਾ ਜ਼ਿਆਦਾ ਪਲੈਨ ਨਹੀਂ ਹੈਗਾ, ਸਿਰਫ ਸਵਿਟਜ਼ਰਲੈਂਡ ਦੀ ਪਲੈਨ ਹੈ, ਅਤੇ ਬਾਕੀ ਇਹ ਸੀ ਸਾਡਾ ਸ਼ਨਗਨ ਵੀਜ਼ਾ, ਇਹਨੂੰ ਕਾਫੀ ਟਾਈਮ ਹੋ ਗਿਆ, 3 ਮਹੀਨੇ ਹੋ ਗਏ ਸੀਗੇ, ਅਤੇ ਐਕਸਪਾਇਰ ਹੋਣ ਵਾਲਾ, 7-8 ਦਿਨਾਂ ਦੀ ਵੈਲਿਡਿਟੀ ਬਚੀ ਹੈ ਸਿਰਫ, ਤਾਂ ਕਰਕੇ ਸਾਨੂੰ ਐਂ ਸੀ ਵੀ 1 ਐਂਟਰੀ ਤਾਂ ਮਾਰ ਹੀ ਆਈਏ। ਅਤੇ ਬਾਕੀ ਇਸ ਤੋਂ ਬਾਅਦ ਅਸੀਂ ਫਰਾਂਸ ਜਾਣਾ, ਕੁਛ ਦਿਨ ਫਰਾਂਸ ਵੀ ਲਾਉਣੇ ਆ, ਅਤੇ ਕੁਛ ਦਿਨ ਸਵਿਟਜ਼ਰਲੈਂਡ ਲਾਉਣੇ ਆ। ਇਸ ਵਾਰ ਸਿਰਫ 2 ਕੰਟਰੀਜ਼ ਹੀ ਹੋਣਗੀਆਂ ਆਪਣੇ ਯੂਰਪ ਦੇ ਟੂਰ 'ਚ। ਲੈਫਟ ਲੈਫਟ ਜਾਣਾ, ਇੱਥੇ ਪਹਿਲਾਂ ਆਏ ਤਾਂ ਹੈਗੀ ਸੀ ਇੱਕ ਵਾਰ, ਭੀੜ ਦੇਖੋ ਯਾਰ, ਇਸਤਾਨਬੁਲ ਦੇ ਏਅਰਪੋਰਟ 'ਤੇ ਹਮੇਸ਼ਾ ਹੀ ਇੰਨੀ ਭੀੜ ਰਹਿੰਦੀ ਹੈ।
ਫਾਈਨਲ ਕਾਲ ਚੱਲ ਰਹੀ ਹੈ ਬਿਲਕੁਲ ਲਾਸਟ ਮੂਮੈਂਟ 'ਤੇ ਸਾਨੂੰ ਆਪਣਾ ਗੇਟ ਲੱਭਿਆ B6 ਇਸ ਤੋਂ ਬਾਅਦ ਟਰਕੀ ਦੀ ਸਟੇਅ ਨਹੀਂ ਲੈਣੀ ਅਸੀਂ ਵੀ ਪਹਿਲਾਂ ਮੇਰੇ ਡੈਡੀ ਕਹਿੰਦੇ ਲਾਸਟ ਕਾਲ ਦੇ ਅੰਦਰ ਗਏ ਹਾਂ ਐਂਡ ਆਰ ਸੀਗਾ ਵੀ ਜੇ ਫਲਾਈਟ ਮਿਸ ਹੋ ਗਈ ਨਾ ਆਹ ਵੀ ਫਿਰ ਕੀ ਕਰਾਂਗੇ ਵਿੱਚ ਹੀ ਸਵਿਟਜ਼ਰਲੈਂਡ ਰਹਿ ਜਾਂਦਾ ਸਾਡਾ ਅਤੇ ਗੇਟ ਕਲੋਜ਼ ਵੀ ਕਰਤੇ ਸੀਗੇ ਜਮਾ ਐਂਡ ਮੌਕੇ 'ਤੇ ਪਹੁੰਚਿਆ ਸਿਰਫ ਐਂ ਲਾ ਲਓ ਵੀ 1 ਮਿੰਟ ਪਹਿਲਾਂ ਹੁਣ ਜਹਾਜ਼ 'ਚ ਬੈਠਣ ਲੱਗੇ ਦੇਖ ਲਓ ਕੋਈ ਪੈਸੇਂਜਰ ਨਹੀਂ ਹੈਗਾ ਜਹਾਜ਼ ਨਾ ਪੰਜਾਬੀਆਂ ਦਾ ਭਰਿਆ ਹੋਇਆ ਸਾਰਾ ਇਹ 'ਚ ਇੱਕ ਵੀ ਨਹੀਂ ਹੈਗਾ ਸੀਟਾਂ ਵੀ ਕੁਝ ਕਾਫੀ ਖਾਲੀ ਪਈਆਂ ਲਓ ਵੀ ਟਰਕਿਸ਼ ਏਅਰਲਾਈਨ 'ਚ ਦੁਬਾਰਾ ਫਿਰ 3-4 ਮਹੀਨੇ ਬਾਅਦ ਬੈਠੇ ਹਾਂ ਅਕਤੂਬਰ 'ਚ ਜਦੋਂ ਨਾ ਜੋਰਜੀਆ ਵਗੈਰਾ ਘੁੰਮਿਆ ਸੀ ਉਦੋਂ ਸਾਰੀਆਂ ਫਲਾਈਟਸ ਅਸੀਂ ਇਹਨਾਂ ਦੀ ਲਈਆਂ ਸੀ ਬਹੁਤ ਵਧੀਆ ਫਲਾਈਟ ਹੁੰਦੀ ਹੈ ਟਰਕਿਸ਼ ਏਅਰਲਾਈਨ ਦੀ ਪਰ ਜਹਾਜ਼ ਅੱਜ ਮਸਾਂ ਮਿਲਿਆ ਇੱਥੋਂ ਸਾਡੀ ਫਲਾਈਟ ਹੈ ਹੁਣ 3 ਘੰਟੇ ਦੀ ਅਤੇ 3 ਘੰਟਿਆਂ 'ਚ ਅਸੀਂ ਇਸਤਾਨਬੁਲ ਤੋਂ ਸਵਿਟਜ਼ਰਲੈਂਡ ਪਹੁੰਚ ਜਾਵਾਂਗੇ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ਤੋਂ ਆਏ ਸੀਗੇ ਇਥੋਪੀਆ 'ਚ ਜਿਹੜੇ ਤੁਸੀਂ ਸਾਡੇ ਲਾਸਟ ਵਲੌਗ ਦੇਖੇ ਹੋਣੇ ਦਾਨਾਗਲ ਡਿਪਰੈਸ਼ਨ ਦੇ ਕਿੰਨੀ ਗਰਮੀ ਪੈ ਰਹੀ ਸੀ ਅਤੇ ਹੁਣ ਸਭ ਤੋਂ ਵੱਧ ਠੰਡੇ ਮੁਲਕ 'ਚ ਜਾ ਰਹੇ ਹਾਂ ਹੋਪ ਸੋ ਟੈਂਪਰੇਚਰ ਮੈਂ ਲੱਗਦਾ 2-3 ਜਾਂ ਰਾਤ ਨੂੰ ਤਾਂ ਮਾਈਨਸ 'ਚ ਹੋਊਗਾ ਇਸ ਟਾਈਮ ਸਵਿਟਜ਼ਰਲੈਂਡ ਦਾ ਏਅਰਲਾਈਨ ਵਧੀਆ ਤਾਂ ਜਿਹੜੀ ਹੈ ਉਹ ਹੈਗੀ ਹੈ ਸੇਵਾ ਵੀ ਬੜੀ ਕਰਦੇ ਆ ਦੇਖਦੇ ਅੱਜ ਕੀ ਕੁਛ ਆਇਆ ਹੈਗਾ ਥੈਂਕ ਯੂ ਆਪਸ਼ਨਸ ਇਹਨਾਂ ਕੋਲ 2 ਸੀਗੀਆਂ ਇੱਕ ਤਾਂ ਕਹਿੰਦੇ ਬੀਫ ਹੈ ਸਾਡੇ ਕੋਲ ਮੈਂ ਕਿਹਾ ਜੀ ਬੀਫ ਤਾਂ ਅਸੀਂ ਖਾਣਾ ਨਹੀਂ ਅਤੇ ਪਾਸਤਾ ਦਿੱਤਾ ਵੈਜ 'ਚ ਅਤੇ ਹੋਰ ਕੁਛ ਹੈ ਨਹੀਂ ਸੀਗਾ ਤਾਂ ਨਾਲ ਸਵੀਟ ਡਿਸ਼ ਆਈ ਹੈ ਸੈਲਡ ਆਇਆ ਪਾਣੀ ਅਤੇ ਪਾਸਤਾ ਬ੍ਰੈਡ ਨਾਲ ਇਹ ਕੋਲਡ ਡਰਿੰਕ ਇਹਨਾਂ ਦੇ ਨਾ ਇੱਕ ਹੋਰ ਸਿਫਤ ਹੈ ਜਿਹੜਾ ਅਸੀਂ ਪਹਿਲਾਂ ਕਿਸੇ ਏਅਰਲਾਈਨ 'ਚ ਨਹੀਂ ਦੇਖਿਆ ਅਤੇ ਇਹ ਵੈਟ ਵਾਈਪ ਦਿੰਦੇ ਆ ਹੈਂਡ ਵਾਸ਼ ਕਰਨ ਨੂੰ ਬਾਕੀ ਕੋਈ ਏਅਰਲਾਈਨ ਨਾਲ ਨਹੀਂ ਦਿੰਦਾ ਇਹ ਟਰਕੀ 'ਚ ਸਾਰੇ ਕਿਤੇ ਰਿਵਾਜ਼ ਹੈ ਇਹਦਾ ਖਾਣਾ ਖਾਣ ਤੋਂ ਪਹਿਲਾਂ ਬਾਰੇ ਨਾ ਟੈਂਪਰੇਚਰ ਇੰਨਾ ਡਾਊਨ ਆ ਅਤੇ ਆਹ ਸ਼ੀਸ਼ਿਆਂ 'ਤੇ ਸਾਰੀ ਬਰਫ਼ ਜੰਮੀ ਹੋਈ ਹੈ ਅਤੇ ਹੱਥ ਲਾਏ ਤੋਂ ਸ਼ੀਸ਼ੇ ਨੂੰ ਪਤਾ ਲੱਗਦਾ ਕਿ ਕਿੰਨੀ ਠੰਡ ਹੈ ਬਾਹਰ That's all I held on to but you let go ਠੰਡਾ ਯਾਰ ਖੁਸ਼ੀ ਬਾਹਰ ਮੈਨੂੰ ਲੱਗਦਾ ਕਿੱਡਾ ਸੋਹਣਾ ਹੈ ਨਾ ਉਹ ਰੋਡ ਜਾਂਦਾ ਇਮੀਗ੍ਰੇਸ਼ਨ ਕਰਾ ਲਈਏ ਪਹਿਲਾਂ ਅਤੇ ਦੇਖਦੇ ਹਾਂ ਇਮੀਗ੍ਰੇਸ਼ਨ ਦੇ ਕੀ ਸਵਾਲ ਜਵਾਬ ਕਰਦੇ ਆ ਬਾਕੀ ਬਾਹਰ ਜਾ ਕੇ ਦੱਸਦੇ ਹਾਂ ਐਕਸਪੀਰੀਅੰਸ ਇੱਥੇ ਨਾ ਸਾਨੂੰ ਟ੍ਰੇਨ ਲੈਣ ਆਊਗੀ ਇੱਕ ਅਤੇ ਫਿਰ ਸ਼ਾਇਦ ਇਮੀਗ੍ਰੇਸ਼ਨ 'ਤੇ ਛੱਡੂਗੀ ਜਿਵੇਂ ਦੁਬਈ ਦੇ ਏਅਰਪੋਰਟ 'ਤੇ ਦੇਖਿਆ ਸੀ ਉੱਥੇ ਵੀ ਟ੍ਰੇਨ 'ਚ ਮੈਟਰੋ ਕਹਿ ਸਕਦੇ ਮੈਟਰੋ ਛੋਟੀ ਛੋਟੀ ਚੱਲਦੀਆਂ ਉਹ ਛੱਡਦੀਆਂ ਅਤੇ ਉੱਥੇ ਪਹੁੰਚਦੇ ਹਾਂ ਫਿਰ ਦੱਸਦੇ ਹਾਂ ਕੀ ਪੁੱਛਦੇ ਅੱਜ
Willkommen am Flughafen Zürich. ਸਟੈਂਪ ਵੱਜ ਗਈ ਅਤੇ ਸਵਾਗਤ ਹੋ ਗਿਆ ਸਵਿਟਜ਼ਰਲੈਂਡ 'ਚ ਅਤੇ ਇਹ ਵੀਜ਼ਾ ਹੈਗਾ। ਬਾਕੀ ਹੋਟਲ ਜਾ ਕੇ ਦਿਖਾਵਾਂਗੇ ਸਾਰਾ ਵੀਜ਼ਾ ਕਿਵੇਂ ਮਿਲਿਆ ਹੈਗਾ। ਅਤੇ ਹੁਣ ਇੱਥੋਂ ਬੈਗ ਲੈ ਲਈਏ ਆਪਣੇ। ਲਓ ਜੀ, ਏਅਰਪੋਰਟ ਤੋਂ ਬਾਹਰਲੇ ਪਾਸੇ ਆ ਗਏ ਅਤੇ ਹੁਣ ਇੱਥੋਂ ਕੋਈ ਟੈਕਸੀ ਦੇਖਦੇ ਹਾਂ ਜਾਂ ਪਬਲਿਕ ਟਰਾਂਸਪੋਰਟ ਦੇਖਦੇ ਹਾਂ ਅਤੇ ਆਪਣੇ ਹੋਟਲ ਤੱਕ ਪਹੁੰਚਦੇ ਹਾਂ। ਮਾਰਚ ਦੇ ਮਹੀਨੇ ਆਪਣਾ ਇਹ ਟੂਰ ਸਟਾਰਟ ਹੋ ਰਿਹਾ 1 ਮਾਰਚ ਨੂੰ। 29 ਤਰੀਕ ਨੂੰ ਅਸੀਂ ਇੱਥੇ ਆਏ ਹਾਂ ਅਤੇ 1 ਮਾਰਚ ਤੋਂ ਤੁਹਾਡੇ ਕੋਲ ਪਹਿਲਾ ਵਲੌਗ ਆ ਜੂਗਾ। ਲਗਭਗ 10 ਮਾਰਚ ਤੱਕ ਸਵਿਟਜ਼ਰਲੈਂਡ ਘੁੰਮਾਵਾਂਗੇ ਤੁਹਾਨੂੰ ਅਸੀਂ ਸਾਰਾ। ਅਤੇ ਹੁਣ ਇਹਦੇ ਏਅਰਪੋਰਟ ਦੇ ਬਾਹਰ ਆ ਗਏ। ਬਾਹਰਲੇ ਪਾਸੇ ਇੱਕ ਸ਼ੋਪਿੰਗ ਏਰੀਆ, ਉੱਥੋਂ ਸਿਮ ਕਾਰਡ ਬਾਏ ਕਰਨਾ, ਕੁਛ ਪੈਸੇ ਵਿਦਡਰਾਅ ਕਰਾਉਣੇ ਆ ਅਤੇ ਕੰਮ ਕਰਨੇ ਆ। ਉਹ ਤੋਂ ਬਾਅਦ 'ਚ ਫਿਰ ਬੱਸ ਲਵਾਂਗੇ ਜਾਂ ਟ੍ਰੇਨ ਲਵਾਂਗੇ ਪਬਲਿਕ ਟਰਾਂਸਪੋਰਟ 'ਤੇ, ਫਿਰ ਪਹੁੰਚਾਂਗੇ ਅਸੀਂ ਆਪਣੇ ਹੋਟਲ। ਇਹ ਏਅਰਪੋਰਟ ਦੇ ਨਾ ਬਾਹਰਲੇ ਪਾਸੇ ਬਹੁਤ ਵੱਡਾ ਮੌਲ ਬਣਿਆ ਹੋਇਆ। ਇਹਦੇ ਮੌਲ ਦੇ ਵਿੱਚੋਂ ਹੀ ਕਹਿੰਦੇ ਇੱਥੋਂ ਹੀ ਟ੍ਰੇਨਸ, ਬੱਸਿਸ, ਟ੍ਰੈਮ ਸਾਰੀਆਂ ਉਹ ਜਾਂਦੀਆਂ ਸ਼ਹਿਰ ਵੱਲ ਨੂੰ ਅਤੇ ਜਿਹੜੀਆਂ ਟੈਕਸੀਜ਼ ਵਗੈਰਾ ਉਹ ਤਾਂ ਇੱਥੇ ਬਹੁਤ ਜ਼ਿਆਦਾ ਐਕਸਪੈਂਸਿਵ ਹੈ। ਬਸ ਕੁਛ ਅੰਦਾਜ਼ੇ ਹੀ ਨਹੀਂ ਲਾ ਸਕਦੇ। ਆਉਣ ਵਾਲੇ ਵਲੌਗ 'ਚ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨੀਆਂ ਕੁ ਮਹਿੰਗੀਆਂ ਹੈਗੀਆਂ। ਵੈਸੇ ਸੁਣਦੀਆਂ ਕਿ ਸਵਿਟਜ਼ਰਲੈਂਡ ਬਹੁਤ ਜ਼ਿਆਦਾ ਮਹਿੰਗਾ। ਇੱਥੇ ਦੇਖਦੇ ਹਾਂ, ਸਿਮ ਵੀ ਬਾਏ ਕਰ ਲਈਏ ਬਈ ਏਅਰਪੋਰਟ ਤੋਂ। ਇੱਥੇ 2 ਕੰਪਨੀਆਂ ਸਿਮ ਦੀਆਂ, ਸਵਿਸ ਕੌਮ ਅਤੇ ਇੱਕ ਤੁਹਾਨੂੰ ਅੱਗੇ ਦਿਖਾ ਦਿੰਦਾ ਸਨਰਾਈਜ਼। ਦੋਨੇ ਕੰਪਨੀਆਂ ਜ਼ਿਆਦਾ ਵਧੀਆ ਚੱਲਦੀਆਂ। ਵੈਸੇ ਆ ਸਵਿਸ ਕੌਮ ਦਾ ਜ਼ਿਆਦਾ ਵਧੀਆ ਕਿਉਂਕਿ ਆਉਣ ਤੋਂ ਪਹਿਲਾਂ ਅਸੀਂ ਸਰਚ ਕੀਤਾ ਸੀਗਾ ਥੋੜ੍ਹਾ ਜਿਹਾ। ਅਤੇ ਬਾਕੀ ਸਿਮ ਕਾਰਡ ਕਿੰਨੇ ਦਾ ਮਿਲਦਾ ਨਾ ਉਹ ਤੁਹਾਨੂੰ ਦੇਖ ਕੇ ਦੱਸ ਦਾਂਗੇ। ਇਹ ਸਨਰਾਈਜ਼ ਹੈ। ਸਵਿਸ ਕੌਮ ਦਾ ਸਿਮ ਕਾਰਡ ਬਾਏ ਕੀਤਾ ਸੀ। 7 ਦਿਨਾਂ ਦਾ ਸਾਨੂੰ ਪੈਕੇਜ ਮਿਲਿਆ। 7 ਦਿਨਾਂ 'ਚ ਅਨਲਿਮਿਟਡ ਡਾਟਾ, ਅਨਲਿਮਿਟਡ ਕਾਲਿੰਗ, 20 ਦਾ ਮਿਲੇਗਾ, ਮਤਲਬ ਇੰਡੀਆ ਦੇ 2000 ਤੋਂ। ਅਤੇ ਇਹ ਇੱਥੋਂ ਦਾ ਸਿਮ ਰੇਟ ਠੀਕ ਹੈ, ਸਸਤਾ ਲੱਗਿਆ ਕਾਫੀ ਕੰਟਰੀਜ਼ ਨੂੰ। ਵੈਸੇ ਸਵਿਟਜ਼ਰਲੈਂਡ ਘੁੰਮਣਾ ਕਹਿੰਦੇ ਬਹੁਤ ਜ਼ਿਆਦਾ ਮਹਿੰਗਾ। ਉਹ ਕਿੰਨਾ ਕੁ ਮਹਿੰਗਾ ਹੈਗਾ ਆਉਣ ਵਾਲੇ ਜਿਹੜੇ ਵਲੌਗ ਹੋਣਗੇ ਕੱਲ੍ਹ ਦਾ ਜਾਂ ਪਰਸੋਂ ਦਾ, ਉਹ 'ਚ ਤੁਹਾਨੂੰ ਸਾਰਾ ਘੁੰਮਾ ਫਿਰਾਵਾਂਗੇ ਨਾਲ ਦਿਖਾਵਾਂਗੇ। ਏਅਰਪੋਰਟ ਦੇ ਬਾਹਰਲੇ ਪਾਸੇ ਇੱਥੇ ਬੱਸ ਸਟੇਸ਼ਨ ਬਣਿਆ ਹੋਇਆ ਪਬਲਿਕ ਟਰਾਂਸਪੋਰਟ ਦੇ ਲਈ। ਅਤੇ ਇੱਥੇ ਦੇ ਜਿਹੜੀ ਸਵਿਟਜ਼ਰਲੈਂਡ ਦੀ ਪਬਲਿਕ ਟਰਾਂਸਪੋਰਟ ਹੈ ਉਹ ਤਾਂ ਕਿਆ ਕਹਿਣੇ ਆ, ਦੁਨੀਆ ਭਰ 'ਚ ਮਸ਼ਹੂਰ ਹੈ ਮਹਿੰਗਾਈ ਦੇ ਤੌਰ 'ਤੇ ਵੀ, ਵੈਸੇ ਕਨੈਕਟੀਵਿਟੀ ਦੇ ਤੌਰ 'ਤੇ ਵੀ। ਸ਼ਾਮ ਦੇ 3:15 ਹੋ ਗਏ ਅਤੇ ਹੁਣ ਇੱਥੋਂ ਪਹਿਲਾਂ ਟਿਕਟ ਲੈਣੀ ਪੈਣੀ ਆ। ਇੱਥੋਂ ਟਿਕਟਾਂ ਨਿਕਲਦੀਆਂ ਇਹਦੀਆਂ ਅਤੇ ਫਿਰ ਅਸੀਂ ਬੱਸ ਫੜਾਂਗੇ। ਇਹ ਅਸੀਂ ਪਹੁੰਚ ਗਏ ਸਾਡੇ ਬੱਸ ਸਟੇਸ਼ਨ 'ਤੇ ਅਤੇ ਇੱਥੇ ਸਾਡੀ ਬੱਸ ਆਉਣੀ ਹੈਗੀ ਅਤੇ ਟਿਕਟ ਬਾਏ ਕਰ ਲਈ। ਇਹ ਟਿਕਟਾਂ ਕਿਵੇਂ ਮਿਲਦੀਆਂ ਕੱਲ੍ਹ ਦੇ ਵਲੌਗ 'ਚ ਤੁਹਾਨੂੰ ਦਿਖਾ ਦਾਂਗੇ ਸਾਰੀਆਂ। ਅੱਜ ਕਾਲੀ ਸੀ ਸਾਨੂੰ, 510 ਨੰਬਰ ਬੱਸ ਕਹਿੰਦੇ ਇਹ ਜਾਣੀ ਹੈ ਸਾਡੇ ਹੋਟਲ ਨੂੰ। ਚਲੋ ਖੁਸ਼ੀ, ਬੈਠੀਏ, ਸੀਟ ਮਿਲ ਜੂਗੀ। ਕਿਲੋਮੀਟਰ ਅੱਗੇ ਆ ਕੇ ਅਸੀਂ ਉਤਰ ਗਏ ਅਤੇ ਇੱਥੋਂ ਵੀ ਜਿਹੜਾ ਏਅਰਪੋਰਟ ਹੈ ਵੈਸੇ ਦਿਖਦਾ ਹੈਗਾ। ਇੱਥੇ ਸਾਨੂੰ ਬੱਸ ਨੇ ਉਤਾਰਤਾ, ਉਹ ਸਾਹਮਣੇ ਵਾਲੇ ਪਾਸੇ ਏਅਰਪੋਰਟ ਦਿਖੀ ਜਾਂਦਾ ਹੈਗਾ ਜੁਰਿਕ ਦਾ। ਅਤੇ ਆਹ ਸਾਹਮਣੇ ਸਾਡਾ ਹੋਟਲ ਹੈਗਾ ਜਿਹੜਾ ਉਹ ਸਾਹਮਣੇ ਰੈਡੀਸਨ।
ਅਸੀਂ ਨਾ ਸਿਰਫ 1.5 ਕਿਲੋਮੀਟਰ ਆਉਣਾ ਸੀਗਾ, ਟੈਕਸੀ ਵਾਲੇ ਨੇ ਪਤਾ ਕਿੰਨੇ ਰੁਪਏ ਮੰਗੇ, 30 ਫਰੈਂਕ, 1.5 ਕਿਲੋਮੀਟਰ ਦਾ 3,000 ਰੁਪਏ ਮੰਗਿਆ, ਤੇ ਇੱਥੇ ਸਾਡੇ ਲੱਗਿਆ ਸਾਰੇ ਮੇਰੇ ਖਿਆਲ 'ਚ ਚਾਰ ਕੁ ਫਰੈਂਕ, 4 ਫਰੈਂਕ 1.5 ਕਿਲੋਮੀਟਰ ਦੇ, ਇਹ ਵੀ ਐਕਸਪੈਂਸਿਵ ਹੈ ਵੈਸੇ, ਸਸਤਾ ਨਹੀਂ ਹੈਗਾ ਜੇ ਆਪਾਂ ਹੋਰ ਕੰਟਰੀਆਂ ਦੇ ਹਿਸਾਬ ਨਾਲ ਕੰਪੇਅਰ ਕਰੀਏ, 400 ਰੁਪਏ ਲੱਗਿਆ ਮਤਲਬ 1.5 ਕਿਲੋਮੀਟਰ ਦਾ, ਅਤੇ ਹੁਣ ਹੋਟਲ ਪਹੁੰਚਦੇ ਹਾਂ। ਸੜਕਾਂ ਪਾਰ ਕਰਨ ਲਈ ਵੀ ਜੈਬਰਾ ਕਰੋਸਿੰਗ, ਜਿਹੜਾ ਅੱਜ ਅਸੀਂ ਰੁਕੇ ਹਾਂ ਨਾ, ਇਹ ਅਸੀਂ ਸ਼ਹਿਰ ਤੋਂ ਬਾਰ ਬਾਰ ਰੁਕੇ ਹਾਂ ਜੁਰਿਕ ਤੋਂ, ਅਤੇ ਰੁਮਲਾਂਗ ਕਰਕੇ ਏਰੀਆ ਮੈਂ ਤੁਹਾਨੂੰ ਦਿਖਾਵਾਂ, ਇੱਧਰ ਦੀ ਤੁਹਾਨੂੰ ਦਿਖਾਉਣਾ, ਲਾਈਟ ਨਾ ਹੋ ਜੇ ਕਿਤੇ, ਹਜੇ ਨਵੇਂ ਨਵੇਂ ਆ ਨਾ ਦੇਸ਼ 'ਚ, ਡਰ ਵੀ ਲੱਗਦਾ ਹੈਗਾ। ਆਹ ਫੜਿਓ ਖੁਸ਼ੀ, ਇੱਕ ਮਿੰਟ ਰੁਕਿਓ। ਆਹ ਹੈ ਟਾਊਨ ਹੈ ਛੋਟਾ ਜਿਹਾ ਰੁਮਲਾਂਗ, ਅਤੇ ਰੁਮਲਾਂਗ ਬਨਹੋਫ, ਅਤੇ ਜਿਹੜਾ ਜੁਰਿਕ ਹੈਗਾ ਗਾ ਮੇਨ ਟਾਊਨ, ਉਹ ਇੱਥੋਂ ਦੂਰ ਹੈ ਮੇਰੇ ਖਿਆਲ 'ਚ, ਹੋਣਾ ਕੋਈ 8-10 ਕਿਲੋਮੀਟਰ ਦੂਰ ਹੈਗਾ। ਵੈਸੇ ਨਾ ਜਿਹੜੀ ਇਹਦੀ ਕੈਪੀਟਲ ਹੈ ਸਵਿਟਜ਼ਰਲੈਂਡ ਦੀ, ਉਹ ਜਨੇਵਾ, ਅਤੇ ਉਹ ਤਾਂ ਇੱਥੋਂ 300-400 ਕਿਲੋਮੀਟਰ ਦੂਰ ਹੈ, ਇੱਕ ਏਅਰਪੋਰਟ ਉੱਥੇ ਹੈ, ਪਰ ਜ਼ਿਆਦਾਤਰ ਜਿਹੜੀਆਂ ਫਲਾਈਟਸ ਹੈ ਉਹ ਜੁਰਿਕ 'ਚ ਹੀ ਆਉਂਦੀਆਂ। ਜੇ ਤੁਸੀਂ ਏਸ਼ੀਆ ਵਾਲੇ ਪਾਸੇ ਆਉਣਾ, ਮਤਲਬ ਆਪਣੇ ਜਿੰਨੇ ਵੀ ਕੰਟਰੀ ਹੈ ਨਾ, ਅਤੇ ਉੱਧਰੋਂ ਸਾਰੀਆਂ ਫਲਾਈਟਸ ਆ ਇੱਥੇ ਆ ਕੇ ਉਤਰਦੀਆਂ, ਅਤੇ ਇਹੀ ਮੇਨ ਅੱਡਾ ਹੈਗਾ, ਅਤੇ ਇਹਤੋਂ ਬਾਅਦ 'ਚ ਜਿਹੜੇ ਆਲੇ ਦੁਆਲੇ ਦੇ ਸ਼ਹਿਰ ਆ ਉਹ ਫਿਰ ਘੁੰਮਣ ਜਾਇਆ ਜਾ ਸਕਦਾ। ਫਿਲਹਾਲ ਜਿਹੜਾ ਆਪਾਂ ਕੱਲ੍ਹ ਦੇ ਵਲੋਗ 'ਚ ਤੁਹਾਨੂੰ ਦਿਖਾਉਣਾ, ਉਹ ਜੁਰਿਕ ਸ਼ਹਿਰ ਘੁੰਮਾਵਾਂਗੇ, ਜੁਰਿਕ ਤੋਂ ਬਾਅਦ ਫਿਰ ਹੋ ਗਿਆ ਲੂਜ਼ਰਨ, ਹੋ ਗਿਆ ਸਵਿਟਜ਼ਰਲੈਂਡ ਦਾ ਸਭ ਤੋਂ ਸੋਹਣਾ ਸ਼ਹਿਰ ਮੰਨਿਆ ਜਾਂਦਾ ਲੂਜ਼ਰਨ ਨੂੰ, ਅਤੇ ਉੱਥੇ ਸਾਡੀ ਐਨਵਰਸਰੀ ਸੈਲੀਬ੍ਰੇਟ ਕਰਨੀ ਅਸੀਂ ਉਸ ਸ਼ਹਿਰ 'ਚ ਜਿਹਦੇ ਲਈ ਅਸੀਂ ਸਪੈਸ਼ਲ ਇੱਥੇ ਆਏ ਹਾਂ। ਬਾਕੀ ਪੰਜਾਬੀਆਂ ਦੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਸਾਨੂੰ, ਕਿ ਬਹੁਤ ਸਾਰੇ ਪੰਜਾਬੀਆਂ ਦੇ ਮੈਸੇਜ ਆ ਗਏ ਵੀ ਸਵਿਟਜ਼ਰਲੈਂਡ ਸਾਡੇ ਕੋਲ ਆਇਓ, ਸਾਡੇ ਕੋਲ ਆਇਓ। ਹੋਪਸ ਆਉਣ ਵਾਲੇ 2-3 ਦਿਨਾਂ 'ਚ ਤੁਹਾਨੂੰ ਪੰਜਾਬੀਆਂ ਨਾਲ ਮੁਲਾਕਾਤ ਕਰਾ ਦੇਵਾਂਗੇ, ਇਹ ਜਿਹੜੇ ਸਵਿਟਜ਼ਰਲੈਂਡ ਰਹਿੰਦੇ ਨੇ। ਅਤੇ ਬਾਕੀ ਜਿੰਨੇ ਵੀ ਅੱਜ ਫਲਾਈਟਸ ਮਿਲੇ ਸੀ ਨਾ, ਭਾਵੇਂ ਸਵੀਡਨ ਤੋਂ ਸੀ, ਨਾਰਵੇ ਤੋਂ ਆਂਟੀ ਜੀ ਮਿਲੇ ਸੀ ਬਰਾਡ ਹੋਣੀ, ਅਤੇ ਬੈਲਜੀਅਮ ਤੋਂ ਮਿਲੇ ਸੀਗੇ, ਨੀਦਰਲੈਂਡ ਤੋਂ ਮਿਲੇ ਸੀਗੇ, ਅਤੇ ਸਾਰੇ ਪੁੱਛ ਰਹੇ ਸੀ ਵੀ ਸਾਡੇ ਕੋਲ ਆਓ, ਸਾਡੇ ਕੋਲ ਆਓ। ਅਤੇ ਜਿਹੜਾ ਵੈਸੇ ਆ ਸਮਰ ਦਾ ਟਾਈਮ ਹੋਣ, ਹੁਣ ਤਾਂ ਅਸੀਂ ਇੱਕ ਵਾਰ ਵਾਪਸ ਜਾਵਾਂਗੇ ਥੋੜ੍ਹੇ ਦਿਨ ਰੁਕ ਕੇ, ਬਟ ਇਸ ਤੋਂ ਬਾਅਦ ਅਸੀਂ ਜੂਨ ਤੋਂ ਲੈ ਕੇ ਨਵੰਬਰ ਤੱਕ ਪੂਰਾ ਯੂਰਪ ਘੁੰਮਣਾ ਇਹ ਦਿਨਾਂ ਦੇ ਵਿੱਚ, ਹੋਰ ਕਿਤੇ ਦਾ ਟੂਰ ਨਹੀਂ ਕਰਨਾ ਐਤਕੀ। ਅਤੇ ਬਾਕੀ ਦੇਖਦੇ ਹਾਂ ਦਾਣਾ ਪਾਣੀ ਜਿੱਥੇ ਜਿੱਥੇ ਜਿਵੇਂ ਲਿਖਿਆ ਹੋਊਗਾ ਹੈ ਨਾ, ਅਤੇ ਅਸੀਂ ਗੱਲਾਂ ਕਰਦੇ ਕਰਦੇ ਸਾਡੇ ਹੋਟਲ ਪਹੁੰਚ ਗਏ, ਅਤੇ ਹੋਟਲ ਜਾ ਕੇ ਵੀਜ਼ੇ ਦੀ ਅਤੇ ਇਮੀਗ੍ਰੇਸ਼ਨ ਦੀ ਗੱਲ ਕਰਾਂਗੇ, ਇਮੀਗ੍ਰੇਸ਼ਨ ਨੇ ਕੀ ਸਵਾਲ ਜਵਾਬ ਕੀਤੇ, ਅਤੇ ਵੀਜ਼ਾ ਕਿਵੇਂ ਲੈ ਸਕਦੇ ਹੋ ਤੁਸੀਂ ਸ਼ੈਨਗਨ, ਇਹਦੇ ਬਾਰੇ ਬਹੁਤ ਸਾਰੀਆਂ ਕੁਐਰੀਜ਼ ਆਈਆਂ ਸੀਗੀਆਂ। ਇਹ ਅਸੀਂ ਪਹੁੰਚ ਗਏ ਸਾਡੇ ਹੋਟਲ, ਵੈਸੇ ਪਬਲਿਕ ਟਰਾਂਸਪੋਰਟ 'ਤੇ ਵੀ ਜ਼ਿਆਦਾ ਟਾਈਮ ਨਹੀਂ ਲੱਗਿਆ ਯਾਰ, ਮੈਨੂੰ ਲੱਗਦਾ ਮਸੀਂ 10 ਕੁ ਮਿੰਟ ਲੱਗੇ ਸਾਨੂੰ, 10 ਮਿੰਟ ਲੱਗੇ ਇੱਥੇ ਪਹੁੰਚਣ ਦੇ, ਅਤੇ ਟੈਕਸੀ 'ਤੇ 7-8 ਮਿੰਟ ਤੁਸੀਂ ਮੰਨ ਸਕਦੇ ਹੋ, ਟੈਕਸੀ 'ਤੇ 7-8 ਮਿੰਟ ਲੱਗ ਜਾਣੇ ਸੀਗੇ। ਅਤੇ ਖਾਣ ਪੀਣ ਦਾ ਇੱਥੇ ਵੈਸੇ ਤਾਂ ਚਲੋ ਪੰਜਾਬੀਆਂ ਦੇ ਮੈਸੇਜ ਆ ਗਏ, ਇੰਡੀਅਨ ਰੈਸਟੋਰੈਂਟ ਸਾਨੂੰ ਸੁਜੈਸਟ ਵੀ ਕੀਤੇ ਹੈ, ਕਈਆਂ ਦੇ ਰੈਸਟੋਰੈਂਟ ਆਪਣੇ ਖੁਦ ਦੇ ਵੀ ਇੱਥੇ ਪਾਏ ਹੋਏ ਜੁਰਿਕ ਸਿਟੀ 'ਚ, ਉਹਨਾਂ ਨੇ ਸਾਨੂੰ ਇਨਵਾਈਟ ਵੀ ਕੀਤਾ ਵੀ ਤੁਸੀਂ ਆ ਕੇ ਜਾਇਓ, ਅਤੇ ਪਰ ਨਹੀਂ, ਖਾਣ ਪੀਣ ਦਾ ਸੀ ਆਹ ਕੋਲੇ ਲੱਭਿਆ ਸੀਗਾ, ਮੈਂ ਕਿਹਾ ਮੈਕਡੀ ਕੋਲੇ ਆ, ਅਤੇ ਹੋਰ ਤਾਂ ਇਹ ਜੇ ਕੰਟਰੀ ਜਾ ਕੇ ਯੂਰਪ ਵਗੈਰਾ 'ਚ ਕੁਛ ਮਿਲਦਾ ਨਹੀਂ, ਆਹ ਚੀਜ਼ਾਂ ਹੀ ਹੁੰਦੀਆਂ ਵੀ ਬ੍ਰੈਡ ਬਰੋਡ ਜਾਂ ਬਰਗਰ ਵਗੈਰਾ ਖਾ ਲੈਂਦਾ ਬੰਦਾ। ਅਤੇ ਹੁਣ ਲੈ ਲਈਏ ਰੂਮ, ਰਿਸੈਪਸ਼ਨ ਇੱਧਰ ਹੀ ਆ ਖੁਸ਼ੀ, ਲਓ ਜੀ ਇਹ ਮਿਲ ਗਿਆ ਆਪਾਂ ਨੂੰ ਕਮਰਾ,
ਤੇ ਇਹੋ ਜਿਹਾ ਕੁਛ ਵਧੀਆ ਏਅਰਪੋਰਟ ਦੇ ਨੇੜੇ ਹੈਗਾ, ਦੂਰ ਨਹੀਂ ਜਾਣਾ ਪਿਆ ਅਜੇ ਸ਼ਹਿਰ 'ਚ, ਅਤੇ ਕੱਲ੍ਹ ਨੂੰ ਹੁਣ ਸ਼ਹਿਰ 'ਚ ਜਾਵਾਂਗੇ। ਆਹ ਮੈਨੂੰ ਲੱਗਦਾ ਬਾਹਰ ਦਾ ਕੁਛ ਆਊਟਸਾਈਡ ਵਿਊ ਵੀ, ਹੁਣ ਵਿੰਡੋ ਖੁੱਲ੍ਹਦੀ ਹੋ ਖੁਸ਼ੀਆ, ਖੁੱਲ੍ਹਦੀ ਹੈ ਵਿੰਡੋ? ਅੱਛਾ ਇਫਲ ਟਾਵਰ ਵੀ ਦਿਖਾ ਕੇ ਲਿਆਉਣਾ ਤੁਹਾਨੂੰ, ਦਿਖਾ ਦੇਣਾ ਖੁਸ਼ੀ ਨੂੰ, ਦਿਖਾ ਕੇ ਲਿਆਉਣਾ ਇਫਲ ਟਾਵਰ, ਹੈ ਨਾ ਖੁਸ਼ੀ? ਇਸੇ ਟੂਰ ਚ ਦੋ ਅਸੀਂ 5 ਕੁ ਦਿਨ ਰਹਿਣਾ ਇੱਥੇ ਸਵਿਟਜ਼ਰਲੈਂਡ, 5-6 ਦਿਨ ਹਫ਼ਤਾ, ਤੇ ਉਦੋਂ ਬਾਅਦ ਚ ਅਸੀਂ ਜਾਣਾ ਜੀ ਪੈਰਿਸ, 2 ਦਿਨ ਪੈਰਿਸ ਲਵਾਂਗੇ। ਬਾਕੀ ਇਮੀਗ੍ਰੇਸ਼ਨ ਨੇ ਕੁਛ ਖਾਸ ਸਾਡੇ ਤੋਂ ਪੁੱਛਿਆ ਨੀ ਹੈਗਾ, ਬਸ ਇਹ ਪੁੱਛਿਆ ਸੀ ਕਿਵੇਂ ਆਏ ਹੋ, ਅਸੀਂ ਆਖਿਆ ਐਨਵਰਸਰੀ ਸੈਲੀਬ੍ਰੇਟ ਕਰਨ ਆਏ, ਕਹਿੰਦੇ ਮੁਬਾਰਕਾਂ ਬਹੁਤ ਬਹੁਤ ਤੇ ਵੈਲਕਮ ਟੂ ਸਵਿਟਜ਼ਰਲੈਂਡ। ਨਾ ਰਿਟਰਨ ਟਿਕਟ ਪੁੱਛੀ ਵੀ ਰਿਟਰਨ ਕਦੋਂ ਜਾਣਾ, ਨਾ ਉਹਨਾਂ ਨੇ ਇਹ ਪੁੱਛਿਆ ਵੀ ਕਿੰਨੇ ਦਿਨ ਰਹਿਣਾ, ਕਿੰਨੇ ਦਿਨ ਨਹੀਂ ਰਹਿਣਾ। ਹਾਲਾਂਕਿ ਸਾਡਾ ਜਿਹੜਾ ਵੀਜ਼ਾ ਨਾ ਸਿਰਫ 10 ਦਿਨ ਦਾ ਬਚ ਰਿਹਾ, 3 ਮਹੀਨੇ ਦਾ ਵੀਜ਼ਾ ਸਾਡਾ ਅਸੀਂ ਲੰਘ ਗਿਆ, 10 ਦਿਨ ਦਾ ਵੀਜ਼ਾ ਸਾਡੇ ਕੋਲ ਹੁਣ ਐਕਸਪਾਇਰ ਹੋਣ ਵਾਲਾ ਸੀਗਾ। ਉਹਨਾਂ ਨੇ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਐਂਡ 'ਤੇ ਕਿਉਂ ਆਏ ਹੋ, ਕੋਈ ਕੁਐਸਚਨਿੰਗ ਨਹੀਂ ਹੋਈ, ਬਹੁਤ ਜ਼ਿਆਦਾ ਸਮੂਥ ਸੀ। ਅਤੇ ਜਿਹੜਾ ਵੀਜ਼ਾ ਹੈਗਾ, ਵੀਜ਼ਾ ਮੈਂ ਤੁਹਾਨੂੰ ਦਿਖਾ ਵੀ ਦੇਵਾਂ ਥੋੜ੍ਹਾ ਜਿਹਾ, ਅਤੇ ਸ਼ੰਗਨ ਵੀਜ਼ਾ ਇਹ ਅਸੀਂ ਆਪ ਹੀ ਅਪਲਾਈ ਕੀਤਾ ਸੀ ਦਿੱਲੀ ਤੋਂ, ਜਨਵਰੀ ਮਹੀਨੇ ਦਾ ਸਾਡਾ ਇਹ ਲਿਆ ਹੋਇਆ ਸੀ ਜਦੋਂ ਅਸੀਂ ਪਾਕਿਸਤਾਨ ਤੋਂ ਵਾਪਸ ਆਏ ਸੀ, ਨਾਲ ਦੀ ਨਾਲ ਅਪਲਾਈ ਕਰਤਾ ਸੀਗਾ, ਅਤੇ 4 ਦਿਨ ਵੀਜ਼ਾ ਆ ਗਿਆ ਸੀ ਸਾਡਾ ਸਿਰਫ 4 ਦਿਨਾਂ 'ਚ। ਸਾਨੂੰ ਐਂ ਲੱਗਦਾ ਸੀਗਾ ਵੀ ਘੱਟੋ ਘੱਟ ਵੀ ਜਿਵੇਂ ਸ਼ੰਗਨ ਵੱਡਾ ਵੀਜ਼ਾ ਹੁੰਦਾ ਹੈ ਨਾ, ਵੱਡਿਆਂ 'ਚੋਂ ਇੱਕ ਆਉਂਦਾ, ਅਤੇ ਵੀ ਮੇਰੇ ਖਿਆਲ 'ਚ ਵੀ 15-20 ਦਿਨ ਲਊਗਾ, ਪਰ 4 ਦਿਨ ਸਾਡਾ ਵੀਜ਼ਾ ਆ ਗਿਆ ਸੀ। ਇਸ ਤਰ੍ਹਾਂ ਦਾ ਕੁਛ ਵੀਜ਼ਾ ਹੁੰਦਾ, ਅਤੇ ਵੈਸੇ ਇਸੇ ਵੀਜ਼ੇ 'ਤੇ ਆਪਾਂ ਸਾਰੇ ਕੰਟਰੀ ਜਾ ਸਕਦੇ ਹਾਂ, ਇਟਲੀ, ਨਾਰਵੇ, ਫਿਨਲੈਂਡ, ਸਵੀਡਨ, ਡੈਨਮਾਰਕ, ਬੈਲਜੀਅਮ, ਸਪੇਨ, ਪੁਰਤਗਾਲ, ਜਰਮਨੀ, ਜੋ ਵੀ ਸ਼ੰਗਨ 'ਚ ਆਉਂਦੇ ਆ ਸਾਰੇ ਕੰਟਰੀ ਘੁੰਮ ਸਕਦੇ ਹਾਂ। ਪਰ ਸਾਡਾ ਜ਼ਿਆਦਾ ਤੁਹਾਨੂੰ ਦੱਸਿਆ ਜਿਵੇਂ ਘੁੰਮਣ ਦਾ ਐਤਕੀ ਪਲੈਨ ਹੈ ਨਹੀਂ, ਦੁਬਾਰਾ ਵੀਜ਼ਾ ਲਵਾਂਗੇ ਅਗਲੀ ਵਾਰ, ਅਸੀਂ ਰਿਕੁਐਸਟ ਕਰਾਂਗੇ। 3 ਮਹੀਨੇ ਦਾ ਸਾਨੂੰ ਐਤਕੀ ਦਿੱਤਾ ਸੀ, ਅਗਲੀ ਵਾਰ ਅਸੀਂ ਰਿਕੁਐਸਟ ਕਰਾਂਗੇ 6 ਮਹੀਨੇ ਦਾ, ਕਿ 6 ਮਹੀਨੇ ਦਾ ਸਾਨੂੰ ਵੀਜ਼ਾ ਦੇਣ ਜਿਹਦੇ 'ਚ ਅਸੀਂ ਸਾਰਾ ਇਹ ਕਵਰ ਕਰ ਸਕੀਏ ਆਲਾ ਦੁਆਲਾ। ਬਾਕੀ ਮੈਕਡੀ ਚੱਲਦੇ ਹਾਂ, ਭੁੱਖ ਬਹੁਤ ਲੱਗੀ ਹੈ ਸਾਨੂੰ ਨਾ, 24 ਘੰਟੇ ਹੋ ਗਏ ਤੁਰਿਆਂ ਨੂੰ, 24 ਘੰਟਿਆਂ ਬਾਅਦ ਅਸੀਂ ਸਵਿਟਜ਼ਰਲੈਂਡ ਆ ਕੇ ਪਹੁੰਚੇ ਹਾਂ, ਮਤਲਬ ਆਪਣੇ ਕਮਰੇ ਟਿਕਾਣੇ 'ਤੇ ਪਹੁੰਚੇ ਹਾਂ। ਅਤੇ 7 ਘੰਟਿਆਂ ਦਾ ਪਹਿਲਾਂ ਫਲਾਈਟ ਸੀ ਸਾਡੀ, ਅਤੇ 3 ਘੰਟਿਆਂ ਦੀ ਆਹ ਫਲਾਈਟ ਸੀ, 10 ਘੰਟਿਆਂ ਦਾ ਸਾਡੀ ਫਲਾਈਟ ਹੀ ਹੋ ਗਈ, ਬਾਕੀ ਵਿੱਚ ਲੇ ਓਵਰ ਸੀ 1.5 ਘੰਟੇ ਦਾ, ਅਤੇ ਬਾਕੀ ਪਹਿਲਾਂ ਉੱਥੋਂ ਨਿਕਲਦਿਆਂ ਨੂੰ, ਅਤੇ ਤਾਂ ਕਰਕੇ ਹੁਣ ਥੋੜ੍ਹਾ ਜਿਹਾ ਥੱਕੇ ਵੀ ਹੋਏ ਹਾਂ, ਸਾਨੂੰ ਇਹ ਕੁਛ ਖਾ ਕੇ ਰੈਸਟ ਕਰੀਏ ਅਤੇ ਸੌਂ ਜਾਈਏ। ਅਤੇ 4 ਵੱਜ ਗਏ, ਆਲਮੋਸਟ 4:30 ਵੱਜ ਗਏ, ਅਤੇ ਹੁਣ ਕੱਲ੍ਹ ਤੋਂ ਤੁਸੀਂ ਆਪਣੇ ਨਵੇਂ ਯੂਰਪ ਦੇ ਟੂਰ ਨਾਲ ਜੁੜੇ ਰਹੇ ਹੋ, ਤੁਹਾਨੂੰ ਘੁਮਾਉਂਦੇ ਰਹਾਂਗੇ, ਇੱਕ ਵਾਰ ਤੁਹਾਨੂੰ ਥੱਲੋਂ ਦਿਖਾ ਕੇ ਲਿਆਉਂਦੇ ਹਾਂ ਥੋੜ੍ਹਾ ਬਹੁਤਾ ਹੋਰ ਆਲਾ ਦੁਆਲਾ। ਇਹ ਆ ਗਿਆ ਸਾਡੇ ਹੋਟਲ ਦਾ ਰੈਸਟੋਰੈਂਟ ਏਰੀਆ, ਖੁਸ਼ੀ ਬ੍ਰੇਕਫਾਸਟ ਵਾਲੀ ਥਾਂ ਕਿੰਨੀ ਸੋਹਣੀ ਹੈ ਯਾਰ, ਹੈ ਨਾ, ਇੱਥੋਂ ਤੁਹਾਨੂੰ ਪਤਾ ਏਅਰਪੋਰਟ ਦਿਖਦਾ ਸਿੱਧਾ, ਉਹ ਸਾਹਮਣੇ ਏਅਰਪੋਰਟ ਆ। ਇਸ ਹੁਣ ਨਾ ਥੋੜ੍ਹੀ ਜਿਹੀ ਰੁੱਤ ਜਿਹੜੀ ਵਿੰਟਰ ਦੀ ਲੰਘ ਕੇ ਗਈ ਹੈ, ਤਾਂ ਕਰਕੇ ਕਿਸੇ ਵੀ ਦਰਖਤ 'ਤੇ ਤੁਹਾਨੂੰ ਪੱਤੇ ਨਹੀਂ ਮਿਲਣਗੇ, ਸੁੱਕਾ ਸੁੱਕਾ ਹੈ ਸਵਿਟਜ਼ਰਲੈਂਡ, ਨਹੀਂ ਤਾਂ ਸਵਿਟਜ਼ਰਲੈਂਡ ਆਪਣੀ ਗ੍ਰੀਨਰੀ ਕਰਕੇ ਇੰਨਾ ਜ਼ਿਆਦਾ ਮਸ਼ਹੂਰ ਆ। ਉਹ ਤੋਂ ਸ਼ਾਇਦ ਬਾਹਰਲੇ ਪਾਸਿਓਂ ਵੀ ਤੁਹਾਨੂੰ ਦਿਖਾ ਦੇਣਾ ਥੋੜ੍ਹਾ ਜਿਹਾ, ਬਾਕੀ ਹੁਣ ਆਉਣ ਵਾਲੇ ਵਲੌਗ 'ਚ ਦੇਖਦੇ ਹੀ ਰਹਿਣਾ ਹੈਗਾ, ਪਹਿਲੇ ਦਿਨ ਹੀ ਆਏ ਹਾਂ ਵੀ ਚਲੋ ਜਿੰਨਾ ਕੁ ਹੋ ਸਕਦੇ ਦਿਖਾ ਦਈਏ। ਅਤੇ ਦੇਖੋ ਨਹੀਂ ਨਾ, ਸਾਰਾ ਹਰਾ ਹਰਾ ਗ੍ਰੀਨ ਗ੍ਰੀਨ ਹੋਣਾ ਸੀਗਾ, ਅਤੇ ਬੜਾ ਸੋਹਣਾ ਲੱਗੂ ਯਾਰ ਆਲਾ ਦੁਆਲਾ, ਜੀ ਲੱਗੇ ਇੱਥੇ ਆ ਕੇ।
ਬਾਰੇ ਚੱਲੀਏ, ਚਲੋ। ਵੈਸੇ ਨਾ ਯਾਰ ਇਹਨਾਂ ਦਿਨਾਂ 'ਚ ਤਾਂ ਸ਼ਾਇਦ ਸ਼ਾਮ ਜਲਦੀ ਹੋ ਜਾਂਦੀ ਹੋਵੇ ਇੱਥੇ, ਅਤੇ ਸਮਰ 'ਚ ਤਾਂ ਮੈਂ ਸੁਣਿਆ ਗਰਮੀਆਂ ਦੇ ਮਹੀਨੇ ਕਹਿੰਦੇ ਸੂਰਜ 10-10 ਵਜੇ ਤੱਕ ਨਹੀਂ ਛਿਪਦਾ, ਅਤੇ ਬਟ ਇੰਨਾ ਆ ਹੁਣ ਤਾਂ ਦਿਨ ਥੋੜ੍ਹੇ ਜਿਹੇ ਠੰਡ ਦੀ ਹੈ ਹਜੇ। ਜਿਹੜਾ ਨਾ ਮਾਰਚ ਮਹੀਨਾ ਉਹ ਇੱਥੇ ਘੁੰਮਣ ਦਾ ਕੋਈ ਬਹੁਤਾ ਸਹੀ ਟਾਈਮ ਨਹੀਂ ਹੈਗਾ, ਅਤੇ ਜੇ ਤੁਸੀਂ ਯੂਰਪ ਨੂੰ ਚੰਗੀ ਤਰ੍ਹਾਂ ਘੁੰਮਣਾ ਤਾਂ ਅਪ੍ਰੈਲ ਅਤੇ ਮਈ ਜਾਂ ਫਿਰ ਅਕਤੂਬਰ ਅਤੇ ਨਵੰਬਰ ਇਹ ਬੈਸਟ ਟਾਈਮ ਮੰਨਿਆ ਜਾਂਦਾ 4 ਮਹੀਨੇ ਸਾਰੇ ਸਾਲ 'ਚ। ਬਾਕੀ ਖੁਸ਼ੀ ਠੰਡ ਹੈ ਯਾਰ, ਹੈ ਨਾ, ਬਾਹਲੀ ਠੰਡ ਹੈ। ਦੇਖੋ ਮੈਂ ਅਸੀਂ ਨਾ ਹੁਣ ਬਾਹਰ ਆਏ ਹਾਂ, ਦੇਖ ਲਓ 5:15 ਹੋ ਗਏ, ਅਤੇ ਠੰਡ ਇੰਨੀ ਆ, ਜ਼ੁਕਾਮ ਹੋਣਾ ਸ਼ੁਰੂ ਹੋ ਗਿਆ, ਗਲਾ ਵੀ ਪੇਨ ਕਰਨ ਲੱਗ ਗਿਆ ਮੈਨੂੰ ਲੱਗਦਾ, ਰਾਤ ਨੂੰ ਤਾਂ ਮਾਈਨਸ 'ਚ ਹੋਊਗਾ ਟੈਂਪਰੇਚਰ। ਹਾਂ, ਮੇਰੇ ਬ੍ਰਦਰ ਦਾ ਫੋਨ ਆਇਆ ਪਰ ਕਹਿੰਦੇ ਸਿਹਤ ਦਾ ਧਿਆਨ ਰੱਖੀ। ਆ ਖੁਸ਼ੀ ਦਾ ਪਹਿਲੀ ਬਿਮਾਰ ਹੋਣਾ ਹੁੰਦਾ, ਐਂ ਨਹੀਂ ਪਤਾ ਸਾਰਾ ਟੂਰ ਹੀ ਲੰਘ ਜੇ। ਪਰ ਅਸੀਂ ਨਾ ਯੂਰਪ ਦੀਆਂ ਕਹਿ ਗਿਆ ਮੈਂ ਸਵਿਟਜ਼ਰਲੈਂਡ ਦੀਆਂ ਕੁਛ ਇਹੋ ਜਿਹੀਆਂ ਜਗ੍ਹਾ 'ਤੇ ਜਾਣਾ ਜਿਹੜੀਆਂ ਮਤਲਬ ਪਹਾੜੀ ਏਰੀਆ ਹੈਗਾ, ਜਿਹੜਾ ਹੁਣ ਤਾਂ ਜਿਹੜਾ ਜ਼ੁਰਿਕ ਸਿਟੀ ਹੈ ਥੋੜ੍ਹਾ ਜਿਹਾ ਪੱਧਰ ਹੈਗਾ, ਅਤੇ ਉੱਥੇ ਤਾਂ ਮਤਲਬ ਤੁਹਾਨੂੰ ਸਨੋ ਸਾਰਾ ਆਲੇ ਦੁਆਲੇ ਦੇਖਣ ਨੂੰ ਮਿਲੂਗਾ। ਜਿਵੇਂ ਆਪਾਂ ਸੁਣਿਆ ਸੀ ਜਾਂ ਮੈਂ ਕਹਿ ਸਕਦੇ ਮੈਂ ਸੁਣਿਆ ਸੀ ਹਨਾ ਵੀ ਇੰਨੀ ਵੀ ਸਵਿਟਜ਼ਰਲੈਂਡ ਬਹੁਤ ਸੋਹਣਾ, ਦੁਨੀਆਂ ਦਾ ਸਭ ਤੋਂ ਸੋਹਣਾ, ਵਾਕਈ ਹੈਗਾ ਵੀ ਆ। ਮਤਲਬ ਇੱਕ ਉਹ ਨਹੀਂ ਹੁੰਦਾ, ਨੀਤ ਨਹੀਂ ਭਰਦੀ ਹਨਾ ਉਹ ਤੁਸੀਂ, ਪਰ ਕਹੀ ਜਾਂਦੇ ਨੇ ਮਤਲਬ ਸਪੈਸ਼ਲ ਸੀਜ਼ਨ ਹੈ ਨਹੀਂ ਮਤਲਬ ਦੇਖਣ ਵਾਲਾ, ਬਟ ਫਿਰ ਵੀ ਬਹੁਤ ਸੋਹਣਾ। ਕਿਉਂਕਿ ਨਾ ਜਿਹੜਾ ਸਪੈਸ਼ਲ ਸੀਜ਼ਨ ਜਿਵੇਂ ਤੁਹਾਨੂੰ ਦੱਸਿਆ ਜਿਹੜਾ ਇਹਦਾ ਹੁੰਦਾ ਨਾ, ਉਦੋਂ ਗ੍ਰੀਨਰੀ ਸਾਰਾ ਸਵਿਟਜ਼ਰਲੈਂਡ ਗ੍ਰੀਨ ਹੋ ਜਾਂਦਾ, ਇੰਨਾ ਕੁ ਗ੍ਰੀਨ ਹੈ। ਹਾਂਜੀ, ਪਰ ਕਹਿੰਦੇ ਆ ਵੀ ਸਾਰੇ ਹਰ ਰੁੱਤੀ ਇੱਥੇ ਦੇਖਣ ਵਾਲੀ ਆ, ਲੋਕ ਉਵੇਂ ਆਉਂਦੇ ਆ। ਮਹਿੰਗਾ ਵਾਲਾ ਸੋਹਣੇ ਦੇ ਹੋਰ ਦੇ ਨਾਲ ਮਹਿੰਗਾ ਵਾਲਾ। ਹੁਣ ਤੁਸੀਂ ਉਡੀਕ ਕਰਿਓ ਨਵੇਂ ਵਲੌਗ ਦੀ, ਅਤੇ ਕੱਲ੍ਹ ਨੂੰ ਕੰਟੀਨਿਊ ਕਰਾਂਗੇ ਆਪਾਂ ਇਸੇ ਥਾਂ ਤੋਂ ਆਪਣਾ ਅਗਲਾ ਵਲੌਗ। ਹੁਣ ਪਹਿਲਾਂ ਅਸੀਂ ਖਾ ਪੀ ਲਈਏ ਕੁਛ, ਜਾ ਕੇ ਮੈਕਡੀ, ਅਤੇ ਉਦੋਂ ਬਾਅਦ 'ਚ ਅਸੀਂ ਸਟੋਰ ਤੋਂ ਕੁਛ ਜ਼ਰੂਰੀ ਆਪਣਾ ਸਮਾਨ ਲੈ ਕੇ ਆਉਣਾ, ਉਹ ਵਿਜ਼ਿਟ ਕਰਨਾ, ਉਹ ਆਪਾਂ ਹੁਣ ਅੱਗੇ ਕੰਟੀਨਿਊ ਨਹੀਂ ਕਰਾਂਗੇ ਵਲੌਗ। ਅਤੇ ਕੱਲ੍ਹ ਤੋਂ ਤੁਹਾਨੂੰ ਨਵੀਆਂ ਨਵੀਆਂ ਜਗ੍ਹਾਵਾਂ, ਨਵੇਂ ਨਵੇਂ ਸ਼ਹਿਰ ਸਵਿਟਜ਼ਰਲੈਂਡ ਦੇ ਮਿਲਦੇ ਹਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ।